ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵੈਮਾਨ ਸਿੰਘ ਪਖੋਗੇ ਇੱਥੋਂ ਟਿਕਰੀ ਬਾਰਡਰ ਤੋਂ ਇੱਕ ਪੰਮੀ ਭਾਈ ਦਾ ਪੁਰਾਣਾ ਗਾਣਾ ਸੀ ਜੱਟ ਪੰਜਾਬੀ ਦੋਸਤੋ ਉਹਦੇ ਵਿੱਚ ਇੱਕ ਲਾਈਨ ਸੀ ਸਾਨੂੰ ਲੋੜ ਨਾ ਕਿਸੇ ਸ਼ਰਾਬ ਦੀ ਪਤਾ ਨਹੀਂ ਸਾਨੂੰ ਨਸ਼ਾ ਵਾ ਪੰਜਾਬੀ ਇੱਦਾਂ ਹੈ ਨਾ ਪੰਜਾਬੀ ਹੋਣ ਦਾ ਮਾਣ ਸਾਨੂੰ ਪੰਜਾਬੀ ਹੋਣ ਦਾ ਉਹ ਅਸੀਂ ਗਾਣਾ ਤਾਂ ਬਹੁਤ ਗਾਉਂਦੇ ਹਾਂ ਪਰ ਉਹਦਾ ਸਮਝ ਨਹੀਂ ਸਾਨੂੰ ਕਈ ਵਾਰੀ ਉਹਦੀ ਕਿੰਨਾ ਕੁ ਨਸ਼ਾ ਵਾ ਪੰਜਾਬੀ ਹੋਣ ਦਾ ਉਹ ਇੱਥੇ ਆ ਕੇ ਸਾਨੂੰ ਸਮਝ ਲੱਗੀ ਕਿੰਨਾ ਨਸ਼ਾ ਵਾ ਆਪਣੇ ਬਜ਼ੁਰਗਾਂ ਨਾਲ ਕੰਮ ਕਰਨ ਦਾ ਉਹਨਾਂ ਨਾਲ ਸੇਵਾ ਕਰਨ ਦਾ ਜਿਹੜਾ ਸਾਨੂੰ ਮੌਕਾ ਮਿਲਿਆ ਉਹ ਸੇਵਾ ਕਰਕੇ ਜਿਹੜਾ ਤੁਹਾਨੂੰ ਨਸ਼ਾ ਹੁੰਦਾ ਨਾ ਯਾਰ ਉਹ ਅਸਲੀ ਉਹ ਪੰਜਾਬੀਅਤ ਦੀ ਗੱਲ ਹੈ ਜਿਹੜੀ ਅਸੀਂ ਉਹ ਗਾਣੇ ਸੁਣਦੇ ਹਾਂ ਜਾਂ ਸਾਡੀ ਬਾਣੀ ਜਿਹਦਾ ਜ਼ਿਕਰ ਕਰਦੀ ਜਿਹੜੀ ਅਸਲੀ ਸੇਵਾ ਜਿਹੜੀ ਇੱਥੇ ਸਾਨੂੰ ਕਰਨ ਨੂੰ ਮਿਲਦੀ ਆ ਸੋ ਮੈਂ ਹੁਣ ਇਸ ਵੇਲੇ ਮੋਦੀਖਾਨੇ 'ਚ ਆਪਣਾ ਜਿਹੜਾ ਮੋਦੀਖਾਨਾ ਜਿਹੜਾ ਅਸੀਂ ਸ਼ੁਰੂ ਕੀਤਾ ਸਾਡੀ ਟੀਮ ਨੇ ਉਹਦੇ ਵਿੱਚ ਅਸੀਂ ਖੜ੍ਹੇ ਹਾਂ ਸਾਡੇ ਸਾਰੇ ਭਰਾ ਤੁਸੀਂ ਜਿਹੜੇ ਵੇਖ ਸਕਦੇ ਹੋ ਦਿਨ ਰਾਤ ਇੱਕ ਕਰਦੇ ਆ ਭਾਲਾ ਜੀ ਪੱਖੋ ਕੇ ਮੇਰੇ ਛੋਟੇ ਵੀਰ ਸੋ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਇਹਨਾਂ ਨੂੰ ਥੈਂਕ ਯੂ ਕਿਉਂਕਿ ਇਹਨਾਂ ਦੇ ਸਿਰ 'ਤੇ ਹੀ ਆਹ ਜਿਹੜੀ ਸੇਵਾ ਵਾ ਉਹ ਹੋ ਰਹੀ ਆ ਬਾਕੀ ਮੈਂ ਤੁਹਾਨੂੰ ਦੱਸਦਾ ਤੁਸੀਂ ਸਮਾਨ ਵੇਖ ਰਹੇ ਹੋ ਮੋਦੀ ਘਰ 'ਚ ਜਿਹੜਾ ਸਾਡੇ ਕੋਲ ਆ ਕੋਲਗੇਟ ਪੇਸਟ ਅਸੀਂ ਉਹ ਅਸੀਂ ਜ਼ਿਆਦੀਆਂ ਚੀਜ਼ਾਂ ਨਹੀਂ ਰੱਖਣੀਆਂ ਅਸੀਂ ਉਹ ਚੀਜ਼ਾਂ ਰੱਖਣੀਆਂ ਜਿਹਦੀ ਲੋੜ ਆ ਕਿਉਂਕਿ ਵੇਖੋ ਕੋਈ ਬੰਦੇ ਇੱਥੇ ਆ ਗਏ ਸੀ ਇੱਕ ਹਫ਼ਤੇ ਲਈ ਆਏ ਸੀ ਪਰ ਉਹ ਰਹਿ ਗਏ ਹੁਣ ਦੋ ਦੋ ਮਹੀਨੇ ਹੋ ਗਏ ਆ ਪੇਸਟਾਂ ਬ੍ਰੱਸ਼ ਕਈ ਵਾਰੀ ਪੁਰਾਣੇ ਹੋ ਜਾਂਦੇ ਆ ਕਈ ਵਾਰੀ ਕਈ ਲੋਕ ਸਲਿੱਪਰ ਪਾ ਕੇ ਹੀ ਸੰਘਰਸ਼ 'ਤੇ ਆ ਗਏ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਜ਼ਿਆਦਾ ਦੇਰ ਲਈ ਆਉਣਾ ਉਹਨਾਂ ਨੂੰ ਬੂਟ ਚਾਹੀਦੇ ਆ ਠੀਕ ਹੈ ਨਾ ਸੋ ਇਹੋ ਜਿਹੇ ਚੀਜ਼ਾਂ ਅਸੀਂ ਰੱਖਣ ਦੀ ਕੋਸ਼ਿਸ਼ ਕਰਨੀ ਆ ਕਿ ਜਿਹੜੇ ਸਾਡੇ ਬਜ਼ੁਰਗ ਆ ਜਿਹੜੇ ਇੱਥੇ ਆਏ ਆ ਕਿਉਂਕਿ ਅਸੀਂ ਮੈਡੀਕਲ ਪ੍ਰੋਬਲਮਸ ਵੇਖੀਆਂ ਇੱਥੇ ਕਿ ਕਿਸੇ ਦੇ ਚੱਪਲਾਂ ਪਾ ਕੇ ਠੇਡੇ ਲੱਗਣ ਦੇ ਆ ਸੋ ਤੁਸੀਂ ਆਹ ਵੇਖ ਸਕਦੇ ਹੋ ਇੱਦਾਂ ਬੂਟ ਆ ਸੋ ਉਹ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨੀਆਂ ਵਾ ਜਿਹੜੀਆਂ ਕਿਸੇ ਨੂੰ ਕੋਈ ਦੂਰ ਘਰੋਂ ਆ ਗਿਆ ਉਹ ਲੋੜਾਂ ਬਾਕੀ ਮੈਂ ਮਜ਼ਾਕ ਦੀ ਗੱਲ ਇਹ ਆ ਕਿ ਮੈਂ ਚੀਜ਼ਾਂ ਕਿਸੇ ਕੋਲ ਮੰਗੀਆਂ ਨਹੀਂ ਮੈਂ ਕਿਸੇ ਕੋਲ ਪੈਸਾ ਨਹੀਂ ਕਦੀ ਮੰਗਿਆ ਕਿ ਮੈਨੂੰ ਪੈਸਾ ਦਿਉ ਸੋ ਪੈਸਾ ਤਾਂ ਸਾਡੀ ਆਪਣੀ ਜਿਹੜੀ ਹੈਗੀ ਆ ਔਰਗਨਾਈਜੇਸ਼ਨ ਨੇ ਅਸੀਂ ਰੂਲ ਬਣਾਇਆ ਸੀ ਅਸੀਂ ਪੈਸਾ ਨਹੀਂ ਕਿਸੇ ਨੂੰ ਕਹਿਣਾ ਕਿ ਅਸੀਂ ਪੈਸਾ ਦਿਉ ਹਨਾ ਪਰ ਸਮਾਨ ਦਾ ਤੁਸੀਂ ਵੇਖੋ ਵੇਖ ਲਓ ਕਿੰਨਾ ਕਿ ਵੀਰ ਉਹਨਾਂ ਨੂੰ ਲੱਗਾ ਕਿ ਮੈਨੂੰ ਇਹ ਕਰਨਾ ਚਾਹੀਦਾ ਮੈਂ ਕਿਹਾ ਮੈਂ ਨਹੀਂ ਕੰਮ ਕਰਨਾ ਉਹਨਾਂ ਨੇ ਮੈਨੂੰ ਫੋਰਸ ਕੀਤਾ ਕਿ ਤੂੰ ਮੋਦੀਖਾਨਾ ਖੋਲ੍ਹ ਕਿ ਤੇਰੇ 'ਤੇ ਸਾਨੂੰ ਵਿਸ਼ਵਾਸ ਆ ਤੂੰ ਇਹ ਕੰਮ ਕਰ ਕਿ ਉਹਦੇ ਕਰਕੇ ਉਹਨਾਂ ਦੇ ਕਹਿਣੇ ਕਰਕੇ ਅਸੀਂ ਆਹ ਮੋਦੀਖਾਨਾ ਸ਼ੁਰੂ ਕੀਤਾ ਆਹ ਦਵਾਈਆਂ ਦੇ ਜਿਹੜੇ ਅਸੀਂ ਉਦਣ ਫਸਟ ਏਡ ਕਿੱਟਸ ਬਣਾਈਆਂ ਸੀ 26 ਜਨਵਰੀ ਦੀਆਂ ਚਲੋ ਟਾਈਮ ਨਿਕਲ ਗਿਆ ਅਤੇ ਜੋ ਵੀ ਹੋਣਾ ਸੀ ਉਹ ਹੋ ਗਿਆ ਪਰ ਹੁਣ ਇਹ ਅੱਗੇ ਵੇਖ ਰਹੇ ਹਾਂ ਇਹ ਅਗਲੇ ਹਫ਼ਤੇ ਫਿਰ ਤੁਹਾਨੂੰ ਟਰਾਈ ਕਰਾਂਗੇ ਇੱਥੋਂ ਦੀ ਲੁੱਕ ਵਿਖਾਉਣ ਦੀ ਪਰ ਅੱਜ ਪਹਿਲਾ ਦਿਨ ਸੀ ਸਾਡਾ ਅਤੇ ਮੈਂ ਤੁਹਾਨੂੰ ਪੁੱਛ ਲੈਂਦਾ ਆਪਣੇ ਵੀਰਾਂ ਨੂੰ ਕਿੱਦਾਂ ਚੱਲਿਆ ਬਾਈ ਕਿੱਦਾਂ ਰਿਹਾ ਪਹਿਲਾ ਦਿਨ ਆਪਣਾ ਆ ਬਾਈ ਆਪਣਾ ਸਾਰਾ ਜਿਹੜਾ ਪੇਪਰ ਵਰਕ ਕੀਤਾ ਤੁਸੀਂ ਦੱਸੋ ਬਾਈ ਕਿੱਦਾਂ ਰਿਹਾ ਪਹਿਲਾ ਦਿਨ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਲੱਗਾ ਆਪਾਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਹੈ ਨਾ ਹਿੱਸਾ ਪਾਇਆ ਅਤੇ ਸਭ ਡਾਕਟਰ ਸਾਹਿਬ ਦੀ ਮਦਦ ਦੇ ਨਾਲ ਸਾਡਾ ਵੀ ਇਹ ਸੰਯੋਗ ਹੋਇਆ ਅਤੇ ਸਾਰੇ ਜਣੇ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਜਿੰਨਾ ਸਿਰ ਤੋਂ ਹੋਇਆ ਅਤੇ ਬਾਕੀ ਬਾਬੇ ਨਾਨਕ ਦਾ ਮੋਦੀਖਾਨਾ ਹੁਣ ਖੁੱਲ੍ਹ ਗਿਆ ਜੀ ਬਾਕੀ ਇੱਕ ਮੈਸੇਜ ਵੀ ਆ ਹੈ ਨਾ ਵੀ ਸਾਰਿਆਂ ਨੇ ਆਪਾਂ ਇੱਕ ਵਧੀਆ ਸੋਚ ਦੇ ਨਾਲ ਅਤੇ ਸੇਵਾ 'ਚ ਵੀ ਹਿੱਸਾ ਪਾਉਣਾ ਅਤੇ ਵੱਧ ਤੋਂ ਵੱਧ ਸੇਵਾ ਕਰਨੀ ਜੀ ਧੰਨਵਾਦ ਜੀ ਬਾਕੀ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਹੀ ਸਦਾ ਅੱਗੇ ਰੱਖਦੇ ਹਾਂ ਵਾਹਿਗੁਰੂ ਮੈਂ ਨਹੀਂ ਵਾਹ ਇਹ ਵਾਹਿਗੁਰੂ ਨੇ ਕਰਾਇਆ ਅਤੇ ਆਪਾਂ ਕਰ ਰਹੇ ਹਾਂ ਮੈਂ ਨਹੀਂ ਕੋਈ ਚੀਜ਼ ਬਜ਼ੁਰਗੋ ਤੁਸੀਂ ਵੀ ਸਾਡਾ ਅੱਜ ਸਾਥ ਦਿੱਤਾ ਤੁਸੀਂ ਸਾਰਾ ਅੱਜ ਵੇਖਿਆ ਕਿੱਦਾਂ ਲੱਗਾ ਤੁਹਾਨੂੰ ਵਧੀਆ ਲੱਗਾ ਜੀ ਡਾਕਟਰ ਸਾਹਿਬ ਸਾਨੂੰ ਇਸ ਚੀਜ਼ ਦਾ ਬੜਾ ਹੌਸਲਾ ਹੋਇਆ ਜੀ ਡਾਕਟਰ ਸਾਹਿਬ ਬਹੁਤ ਚਾਅ ਚੜੇ ਸਾਨੂੰ ਇਹ ਕੰਮ ਕਰਕੇ ਇਹ ਸਾਡੇ ਲਈ ਮਾਣ ਆ ਕਿ ਅਸੀਂ ਬਜ਼ੁਰਗਾਂ ਨਾਲ ਖੜ੍ਹੇ ਹਾਂ ਅਤੇ ਬਜ਼ੁਰਗਾਂ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਬਾਕੀ ਬਾਈ ਤੂੰ ਵੀ ਦਿਨ ਰਾਤ ਇੱਥੇ ਕਰਨ ਦਿਆ ਕਿੱਦਾਂ ਦਾ ਲੱਗਣ ਦਿਆ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਸੇਵਾ ਕਰਕੇ ਮਨ ਪ੍ਰਸੰਨ ਹੋ ਰਿਹਾ ਜੀ ਪੂਰਾ ਓਕੇ ਜੀ ਮੈਂ ਇਹੀ ਗੱਲ ਅਪੀਲ ਕਰਦਾ ਵੀ ਪਹਿਲਾਂ ਟਿੱਕਰੀ ਬਾਰਡਰ 'ਤੇ ਪਹੁੰਚੋ ਜਿਹੜੇ ਘਰੇ ਬੈਠੇ ਆ ਵੀ ਘਰੇ ਬਹਿ ਕੇ ਆਪਣਾ ਕੁਛ ਨਹੀਂ ਬਹਿਣਾ ਜੇ ਇੱਥੇ ਆਉਂਗੇ ਤਾਂ ਫਿਰ ਹੀ ਆਪਣਾ ਕੁਛ ਬਚਣਾ ਨਹੀਂ ਬਚਦਾ ਨਹੀਂ ਬਹੁਤ ਇਹੋ ਟਾਈਮ ਆ ਬਾਈ ਆਪਾਂ ਜਦੋਂ ਛੋਟੇ ਹੁੰਦੇ ਹੈ ਨਾ ਅਤੇ ਸਾਨੂੰ ਲੋਕ ਕਹਿੰਦੇ ਹੁੰਦੇ ਸੀ ਕਿ ਸਾਡੇ ਤੁਹਾਡੇ ਬਾਪੂ ਨੇ ਆਹ ਕੀਤਾ ਤੁਹਾਡੇ ਬਜ਼ੁਰਗਾਂ ਨੇ ਆਹ ਕੀਤਾ ਹੁਣ ਤੁਹਾਡਾ ਟਾਈਮ ਆ ਬਾਕੀ ਸਾਹਿਬ ਇਹ ਵੀ ਪਹਿਲੇ ਦਿਨ ਤੋਂ ਸਾਡੇ ਨਾਲ ਡਟੇ ਆ ਬੜਾ ਮਾਣ ਹੈ ਇਹਨਾਂ 'ਤੇ ਬਾਈ ਹੁਣੀ ਸਾਡੀ ਲਾਇਬ੍ਰੇਰੀ ਚਲਾਉਂਦੇ ਆ ਬਾਕੀ ਸਾਰੇ ਕੰਮ ਮੈਂ ਕਿਹਾ ਲਾਇਬ੍ਰੇਰੀ 'ਤੇ ਸਾਈਡ ਹੀ ਆ ਸਾਰੇ ਕੰਮ ਕਰਦੇ ਆ ਤੁਸੀਂ ਸੁਣਾਓ ਬਾਈ ਜਿਹੜੇ ਘਰੇ ਬੈਠੇ ਉਹਨਾਂ ਨੂੰ ਕੋਈ ਸੁਨੇਹਾ ਦੇ ਦਿਓ ਉਹਨਾਂ ਨੂੰ ਤਾਂ ਇਹੀ ਸੁਨੇਹਾ ਬਈ ਟਿੱਕਰੀ ਬਾਰਡਰ 'ਤੇ ਪਹੁੰਚੋ ਅਤੇ ਘਰੇ ਬੈਠਿਆਂ ਤੋਂ ਕੁਝ ਨਹੀਂ ਬਣਨਾ ਪੰਜਾਬੀਅਤ ਨੂੰ ਅਤੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗੀ ਅਸੀਂ ਲੋਕਤੰਤਰ ਕਰਕੇ ਖੇਤੀ ਵੀ ਅਤੇ ਪੰਜਾਬੀ ਦੋਨਾਂ ਨੂੰ ਬਚਾਇਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪੰਜਾਬੀ ਬਚ ਜਾਏ ਜਿਹੜੀ ਹਰ ਥਾਂ ਪ੍ਰਫੁੱਲਿਤ ਹੋ ਜਾਏ ਬਾਕੀ ਜੇ ਮੈਂ ਨਾ ਆਪਣੇ ਪੱਖੋਕੇ ਸਾਹਿਬ ਕੋਲ ਗਿਆ ਤਾਂ ਇਹ ਵੀ ਫਿਰ ਗੱਲ ਇਹ ਬੋਲਦੇ ਘੱਟ ਆ ਅੱਗੇ ਨਹੀਂ ਆਉਂਦੇ ਪਰ ਮੇਰਾ ਵੀ ਹੈ ਮੇਰੇ ਭਰਾ ਸਾਰੇ ਅੱਗੇ ਵਿਖਣ ਅਤੇ ਭਾਈ ਤੁਸੀਂ ਵੀ ਸਾਡਾ ਮਤਲਬ ਪੱਖੋਕੇ ਦਾ ਮਾਣ ਹੋ ਅਤੇ ਅਸੀਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਕਿਉਂਕਿ ਇਹ ਸੇਵਾ ਕਿਸੇ ਨੂੰ ਮਿਲਦੀ ਆ ਅਤੇ ਆਪਾਂ ਮੈਨੂੰ ਲੱਗਦਾ ਬਹੁਤ ਲੱਕੀ ਹਾਂ ਕਿ ਨਹੀਂ ਯਾਰ ਆਪਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਹੈ ਜੀ ਵੇਖੋ ਜਿਵੇਂ ਕਿਸਾਨ ਅੰਦੋਲਨ ਚੱਲਿਆ ਲੋਕ ਪਿੰਡਾਂ ਤੋਂ ਟਿੱਕਰੀ ਬਾਰਡਰ 'ਤੇ ਪਹੁੰਚੇ ਆ ਸਿੰਘੂ ਬਾਰਡਰ 'ਤੇ ਪਹੁੰਚੇ ਆ ਜੀ ਹੁਣ ਕਈ ਲੋਕ ਪਿੱਛੇ ਬੈਠੇ ਉਹ ਕਹਿੰਦੇ ਆ ਜੀ ਕੁਝ ਲੋਕ ਗਏ ਆ ਉਹਨਾਂ ਹੀ ਜਾ ਕੇ ਉੱਥੇ ਸਾਰਾ
काम कर देना, ये एक बंदे दे वास्ते ते गल नहीं, ये सारी संगत किसान अंदोलन दे विच पहुंचे, अगले बंदे सेंटर नूं पता लगे, मोदी नूं पता लगे भी किसान पहुंचे आ। ये तो अपने कुछ लोग कही जांदे जी साढ़े दस दस जने पिंडों गए आ, बारह जने गए, वह गल नहीं है जी, ये सारे लोगों नूं इत्थे पहुंचना चाहिए आ, फिर अपना किसान अंदोलन सिरे चढ़ूगा जी। जे मान लो अपने झोने के कणक के रेट कल ना रहे, फिर अपनी जमीन भी बेकार हो जानी, आपको कल किसी ने पुछना नहीं आ, फिर इन्होंने लोगों ने कहना दस की करिए। हुण तो करन दा मौका बनिया जी, इह वेले पूरा मोदी झुकिया पिया आ, पूरे मोदी नूं इह वेले पता लगन डिया जी भी किसान अंदोलन मेरे गल तक चढ़िया पिया, 90-95% उहदियां चीकां वज गईयां जी। पर लोग अजे भी इह गल कही जांदे आ जी कोई गल नहीं आ, साढ़े इन्ने सिख गए आ, जट गए आ, पर सारे जटां नूं उत्थे पहुंचना चाहिए आ। हुण नूं किसान अंदोलन खत्म हो जाना है जी, उहने सारियां मंगां मान लैणियां है जी, पर मेरी इहो किसान वीरां नूं अपील आ जिहड़े पिंडां 'च बैठे आ, मालवे, दुआबे 'च, माझे 'च, उन्हां नूं इहो अपील आ भी वध तों वध हिस्सा पाओ। तुसीं सिर्फ कल्ले पहुँचो, एक जी दो जी घरां नूं एक एक करके पहुँचो, जे हर किसे पिंड 'चों एक जणा घरों अपने एक परिवार 'चों एक जी पहुँचदा, एक पिंड दे विच 100-200 घर आ, 200 बंदा बन जांदा जी, वह वध तों वध जदों उत्थे पहुँचूगा लोगों नूं पता लगेगा जी किसान पहुँचे आ। बाद दे विच किसानां ने जदों टाइम लंघ गया फिर कहना जी इदां हो गया उदां हो गया। मैं तां इहो किसान नूं अपील करदा हर एक पिंड दे विच्चों 20-30-50-50 जणे दिल्ली बॉर्डरां दे पहुँचो, मोदी नूं पता लगे, सिर्फ अपनी जित, थोड़े चिर 'च मोदी ने मंगा मन लैणियां जी, अपनी जित भी हो जाणी आ, गुरु साहब ने कृपा करनी आ, इह गुरु महाराज दसवें पातशाह ने कृपा करनी आ, किसानां दी जित होणी आ जी। वाहिगुरू जी का खालसा, वाहिगुरू जी की फतह। सो गल इहो ही आ, मेरी अपील आ कि आह मोदी खाना शुरू कर लिया जी, इत्थे असीं एसेंशियल चीज़ां रखणियां, मैं गिण दिंदा, बूट, चप्पलां, तेल हो गया, साबण, ब्रश, सर्फ, रसोई का समान है ना, लंगर लंगर दे विच जिहड़ा आपां सर्व कर सकते हैं, तो वह जो चीज़ा जे मेरा वीर कोई भेजना चाहे जरूर भेज सकते हैं, असी वेलकम करते हैं, क्योंकि ये हुण काम अहीं खोलता। साडे मोदी खाने के कुछ असूल है जी, असी एक सिस्टम रखिया, आधार कार्ड असी वेखते हैं, एक आधार कार्ड से असी एक कंबल तो एक मैट्रस देने, उहदे हिसाब नाल असी समान देने। आधार कार्ड का वेखण का इहो ही रीज़न आ कि कोई भी चीज़ इत्थों आउंदी जाती आ उहदा कोई सिस्टम रह जाए, कि असी भी अकाउंटेबिलिटी होवे, कोई भी बंदा ऐसा ना विचों दोबारा लै जाए तो वह चीज़ वेस्ट हो जाए। सो इसलिए असी कीता, पर कई बार बजुर्गों को आधार कार्ड नहीं भी हुंदा, उहदा भी असी सिस्टम लभ्या कि चलो असी सिग्नेचर करके, अपने सिग्नेचर करके उहनां नूं दे दिया करांगे। बाकी वीरे मैनूं इह दसो लोकां, क्योंकि लोग जिहड़े दूर बैठे उह वी चाहुंदे हन कि असी हैल्प करिए, ਕਿਹੜੀਆਂ ਚੀਜ਼ਾਂ ਜਿਹੜੀਆਂ ਅੱਜ ਜਿੱਦਾਂ ਆਪਣੇ ਕੋਲ ਆਏ ਲੋਕ, ਤੁਹਾਨੂੰ ਕੀ ਲੱਗਦਾ ਉਹਨਾਂ ਦੀਆਂ ਕਿਹੜੀਆਂ ਮੰਗਾਂ ਸੀ, ਜਿਹੜੀਆਂ ਜ਼ਿਆਦੀਆਂ ਮੰਗਾਂ ਸੀ, ਜਿਹੜੀਆਂ ਸਾਨੂੰ ਇੱਥੇ ਪ੍ਰੋਵਾਈਡ ਕਰਨੀਆਂ ਚਾਹੀਦੀਆਂ? ਦੇਖ ਲਓ ਡਾਕਟਰ ਸਾਹਿਬ, ਬੇਨਤੀ ਆ ਵੀ ਇੱਥੇ ਲੋਕ ਇਹ ਵੇਲੇ ਚਾਹ ਰਹੇ ਆ ਵੀ ਜਿਵੇਂ ਟੂ ਬਰੱਸ਼ ਚਾਹੀਦੇ ਆ, ਪੇਸਟਾਂ ਚਾਹੀਦੀਆਂ, ਬਰੱਸ਼ ਚਾਹੀਦੇ ਆ, ਚੱਪਲਾਂ ਚਾਹੀਦੀਆਂ, ਬੂਟ ਚਾਹੀਦੇ ਆ, ਜਿਵੇਂ ਲੋਕ ਇੱਥੇ ਲੰਗਰ ਵਾਸਤੇ ਚਾਹ ਪੱਤੀ, ਖੰਡ ਚਾਹੀਦੀ ਆ ਜੀ, ਜਿਵੇਂ ਹਲਦੀਆਂ, ਮਸਾਲੇ, ਮਾਂਹ ਦੀ ਦਾਲ, ਹੋਰ ਜਿਹੜੀਆਂ ਜਿਵੇਂ ਮਸਰਾਂ ਦੀ ਦਾਲ, ਹੋਰ ਇੱਥੇ ਜਿਵੇਂ ਲੋਕ ਬੁੱਕਰ ਮੰਗ ਰਹੇ, ਬੂਟ ਮੰਗ ਰਹੇ ਆ ਜੀ, ਇੱਥੇ ਇੱਥੇ ਇਹ ਪੂਰੀ ਲੋਕ ਆ ਸਵੇਰ ਦੀ ਮੰਗ ਚੱਲਦੀ, ਸਾਨੂੰ ਚੱਪਲ ਚਾਹੀਦੀ ਆ ਜੀ, ਸਾਨੂੰ ਬੂਟ ਚਾਹੀਦੇ, ਸਾਨੂੰ ਜੁਰਾਬਾਂ ਦਿਓ ਜੀ। ਇਹ ਸਾਰੇ ਸਮਾਨ ਲੋਕ ਜਿਹੜੇ ਰਸੋਈ 'ਚ ਵਰਤ ਰਹੇ ਆ, ਜਿਵੇਂ ਰਿਫਾਇੰਡ ਵਗੈਰਾ ਹੋ ਗਿਆ, ਤੇਲ ਵਗੈਰਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਲੋਕ ਇੱਥੇ ਮੰਗ ਰਹੇ ਆ ਜੀ, ਤਾਂ ਸਾਡੇ ਕੋਲ ਮੌਜੂਦ ਵੀ ਆ, ਅਸੀਂ ਦੇ ਵੀ ਰਹੇ ਹਾਂ ਜੀ, ਸਵੇਰ ਤੋਂ ਲੈ ਕੇ ਜਿੰਨਾ ਸਾਡੇ ਕੋਲ ਸਮਾਨ ਅਸੀਂ ਦੇ ਵੀ ਰਹੇ ਹਾਂ ਜੀ। ਰਸੋਈ ਦੀ ਕਿਸ ਸਮਾਨ ਦੀ ਆਪਣੇ ਕੋਲ ਕਮੀ ਨਹੀਂ, ਆਪਾਂ ਸਾਰੇ ਦੇ ਰਹੇ ਹਾਂ, ਅਤੇ ਇਵੇਂ ਲੋਕ ਮੰਗ ਰਹੇ ਆ ਜੀ। ਬੂਟ, ਹਾਂਜੀ, ਜਿਵੇਂ ਬੂਟ ਹੋ ਗਏ, ਟੂਥਪੇਸਟ ਹੋ ਗਈਆਂ, ਬਰੱਸ਼ ਹੋ ਗਏ ਜੀ, ਸਾਰੀਆਂ ਚੀਜ਼ਾਂ, ਮਤਲਬ ਜਿਵੇਂ ਚੱਪਲਾਂ ਹੋਗੀਆਂ, ਬੂਟ ਹੋ ਗਏ, ਆਪਣੇ ਝਾੜੂ ਹੋ ਗਏ ਜੀ, ਜੋ ਵੀ ਆ ਦਾਲਾਂ, ਜਿਵੇਂ ਇੱਥੇ ਚਣੇ ਆ ਜੀ, ਜਿਵੇਂ ਹੋਰ ਸੌਦਾ, ਰਿਫਾਇੰਡ, ਵੇਸਣ ਹੋ ਗਿਆ ਜੀ, ਇਹ ਚੀਜ਼ਾਂ ਸਾਰੀਆਂ ਸਿੰਘ ਮੰਗ ਰਹੇ, ਤਾਂ ਆਪਾਂ ਦੇ ਵੀ ਰਹੇ ਜੀ। ਮੈਨੂੰ ਲੱਗਦਾ ਬਾਬਾ ਜੀ ਨੂੰ ਨਾ ਭੁੱਖ ਲੱਗੀ ਆ, ਰੋਟੀ ਪਾਣੀ ਦੀ ਜ਼ਿਆਦਾ ਗੱਲ ਕਰ ਰਹੇ, ਪਰ ਮੈਂ ਇੱਕ ਗੱਲ ਦੱਸਾਂ, ਜਿਹੜੇ ਸਾਡੇ ਲੰਗਰ ਲੱਗੇ ਆ, ਬਾਬਿਆਂ ਦੇ ਬਾਹਰ ਲੰਗਰ ਲੱਗੇ ਆ, ਇੱਕ ਗੱਲ ਜ਼ਰੂਰ ਵੇਖੋ, ਜਿਨ੍ਹਾਂ ਨੇ ਲੰਗਰ ਲਾਏ ਆ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ, ਜਿੱਦਾਂ ਬਾਬਾ ਭੂਰੀਵਾਲ ਹੋਣਾਂ ਦਾ ਲੰਗਰ ਲੱਗਾ, ਦਿੱਲੀ ਵਾਲਿਆਂ ਦਾ ਲੰਗਰ ਲੱਗਾ, ਇੱਦਾਂ ਪੁੱਛੋ ਜਿਹੜੇ ਲੋਕ ਇੱਥੇ ਆ ਕਿ ਕਿਹੜੇ ਕਿਹੜੇ ਸੰਸਥਾਵਾਂ ਨੇ ਲੰਗਰ ਲਾਏ ਆ, ਉਹ ਲੰਗਰਾਂ ਦੇ ਵਿੱਚ ਤੁਹਾਨੂੰ ਹੈਲਪ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਉਹਨਾਂ ਨੇ ਤੁਹਾਡੇ ਤੋਂ ਮੰਗਣਾ ਨਹੀਂ, ਉਹ ਤੁਹਾਨੂੰ ਖੁੱਲ੍ਹੇ ਹੋ ਕੇ ਦੇਣਾ ਪੈਣਾ ਅਤੇ ਦੇਣਾ ਵੀ ਪੈਣਾ, ਹੈ ਨਾ। ਲੰਗਰ ਵੇਖੋ, ਗੁਰੂ ਮਹਾਰਾਜ ਦੀ, ਮੈਂ ਤੁਹਾਨੂੰ ਇਹ ਗੱਲ ਦੱਸਾਂ, 26 ਤਰੀਕ ਨੂੰ ਜਦੋਂ ਅਸੀਂ ਵਾਪਸ ਆਏ ਨਾ, ਉਹਲੇ ਦਿਨ ਸਾਨੂੰ ਇੰਨਾ ਪਤਾ ਕਿ ਸਾਨੂੰ ਰੋਟੀ ਉੱਦਣ ਜ਼ਰੂਰ ਮਿਲਣੀ ਆ, ਨਹੀਂ ਤਾਂ ਬੰਦਾ ਕਿੰਨਾ ਹਾਰਿਆ ਫੀਲ ਕਰਦਾ, ਹੈ ਨਾ, ਉੱਦਣ ਜੋ ਵੀ ਹੋਇਆ ਸਾਡੇ ਮਨ ਥੋੜ੍ਹੇ ਜਿਹੇ ਟਠੇ ਸੀ, ਅਤੇ ਜੇ ਸਾਨੂੰ ਇਹ ਵੀ ਹੁੰਦਾ ਘਰ ਜਾ ਕੇ ਰੋਟੀ ਵੀ ਸਾਨੂੰ ਬਣਾਉਣੀ ਪੈਣੀ ਅਜੇ, ਪਰ ਸਾਨੂੰ ਇੰਨਾ ਪਤਾ ਸੀ ਜੋ ਗਏ ਸਾਡੇ ਲੰਗਰ ਸਾਡੇ ਤਿਆਰ ਵੇਟ ਕਰਦੇ ਹੋਣੇ ਆ, ਅਤੇ ਵਾਕਈ ਫਿਰ ਅਸੀਂ ਉਹੀ ਵੇਖਿਆ ਜਦੋਂ ਆਪਾਂ ਆਪਣੇ ਸਿੰਘ ਜੰਗਾਂ 'ਚ ਵੀ ਲੜਦੇ ਹੋਣਗੇ, ਅਤੇ ਪਿੱਛੇ ਕਿੰਨੀ ਸੋਹਣੀ ਇੱਕ ਦੇਣ ਆ ਜਿਹੜੀ ਲੰਗਰਾਂ ਦੀ। ਸੋ ਚਲੋ ਅੱਗੇ ਚੱਲਦੇ ਹਾਂ, ਹੁਣ ਗੱਲਬਾਤ ਕਰਦੇ ਹਾਂ ਆਪਣੇ ਐਰੋ ਸਿਸਟਮ ਦੀ, ਜਿਹੜਾ ਨਵਾਂ ਲਵਾਇਆ ਵਾ ਉਹਦੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਵਿਖਾਉਂਦੇ, ਜਾਣਕਾਰੀ ਦਿੰਦੇ ਹਾਂ।
ਸੋ ਆ ਜੀ ਸਾਡਾ ਐਰੋ ਸਿਸਟਮ ਜਿਹੜਾ ਜਿਹਦੀ ਗੱਲ ਕਰ ਰਿਹਾ ਵਾਟਰ ਪਿਊਰੀਫਿਕੇਸ਼ਨ ਸਿਸਟਮ ਆ 1000 ਲੀਟਰ ਇੱਕ ਘੰਟੇ ਵਿੱਚ ਇਹ ਫਿਲਟਰ ਕਰਦਾ ਅੱਜ ਤੋਂ ਇੱਧਰਲੇ ਬੰਨੇ ਆ ਜੀ ਜਿੱਥੋਂ ਪਾਣੀ ਚੁੱਕਦੀ ਆ ਇੱਥੇ ਫਿਲਟਰ ਹੁੰਦਾ ਜੀ ਅਤੇ ਫਿਰ ਆਹ ਸਿਸਟਮ ਆ ਜੁਗਾੜ ਅਤੇ ਇੱਥੇ ਜਾ ਕੇ ਫਿਰ ਪੂਰਾ ਸਾਫ਼ ਪਾਣੀ ਹੁੰਦਾ ਫਿਰ ਇਹਦੇ ਤਾਂ ਅਸੀਂ ਥੱਲੇ 4 ਟੂਟੀਆਂ ਦਿੱਤੀਆਂ 1 ਟੂਟੀ ਉੱਪਰ ਦਿੱਤੀ ਆ ਸੋ ਜਦੋਂ ਆਹ ਸਾਰਾ ਸੰਘਰਸ਼ ਖਤਮ ਹੋ ਗਿਆ ਉਦੋਂ ਅਸੀਂ ਇਹ ਇੱਕ ਲੰਗਰ ਅਸੀਂ ਪਿੱਕ ਕਰ ਲਿਆ ਉਹਨਾਂ ਨੂੰ ਡੋਨੇਟ ਕਰਨਾ ਦਿੱਲੀ ਵਿੱਚ ਇੱਦਾਂ ਹੀ ਅਸੀਂ ਹੁਣ ਇਹੋ ਜਿਹੇ 3 ਸਿਸਟਮ ਹੋਰ ਲਵਾਉਣੇ ਆ ਇੱਕ ਸਿਸਟਮ ਜਿਹੜਾ ਸੋਚਿਆ ਜੀ ਉਹ ਮੇਨ ਸਟੇਜ ਦੇ ਕੋਲ ਇੱਕ ਭੂਰੀ ਵਾਲੇ ਬਾਬਾ ਜੀ ਜਿਹੜੇ ਬਹੁਤ ਜ਼ਿਆਦਾ ਉੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਇੱਕ ਉੱਥੇ ਫਿਰ ਵੇਖਾਂਗੇ ਬਾਅਦ 'ਚੋਂ ਸਾਡਾ ਉਹੀ ਉਮੀਦ ਆ ਕਿ ਇਹ ਚੀਜ਼ ਅਸੀਂ ਪਿੰਡ ਪਿੰਡ 'ਚ ਲਵਾਉਣੀ ਚਾਹੁੰਦੀ ਹਾਂ ਕਿਉਂਕਿ ਦੱਸਾਂ ਕਿ ਯਾਰ ਕੈਂਸਰ ਨੇ ਸਾਨੂੰ ਤੋੜ ਦਿੱਤਾ ਪੰਜਾਬ ਨੂੰ ਤੋੜ ਦਿੱਤਾ ਅਤੇ ਤੋੜਿਆ ਇਸ ਲਈ ਕਿਉਂਕਿ ਸਾਡਾ ਪਾਣੀ ਕਿਤੇ ਨਾ ਕਿਤੇ ਗੰਦਾ ਹੋ ਗਿਆ ਸੋ ਉਹ ਚੀਜ਼ ਤੋਂ ਬਚਣ ਲਈ ਇਸ ਟਾਈਮ 'ਤੇ ਜ਼ਰੂਰੀ ਆ ਚਲੋ ਜੇ ਅਸੀਂ ਆਪਣੀਆਂ ਨਦੀਆਂ ਨਹੀਂ ਸਾਫ਼ ਕਰ ਸਕਦੇ ਫੋਰ ਦਾ ਟਾਈਮ ਬੀਂਗ ਇਹ ਫਿਲਟਰ ਸਿਸਟਮ ਆਪਾਂ ਲਾਈਏ ਬਾਕੀ ਵੀਰੋ ਇਹ ਕੋਈ ਇੱਡਾ ਮਹਿੰਗਾ ਨਹੀਂ ਆ ਜੇ ਤੁਸੀਂ ਬੋਰ ਕਰਾਉਂਦੇ ਹੋ ਚਲੋ ਬੋਰ ਕਈ ਥਾਵਾਂ 'ਤੇ ਬੋਰ ਹੁੰਦਾ ਹੀ ਆ ਜੇ ਬੋਰ ਕਰਾਉਣਾ ਪੈਂਦਾ ਬੋਰ ਦੀ ਕੋਸਟ ਆ ਬਾਕੀ ਆਹ ਫਿਲਟਰੇਸ਼ਨ ਸਿਸਟਮ ਜਿੱਦਾਂ 1000 ਲੀਟਰ ਦਾ ਵਾ ਇਹਦੀ ਕੋਸਟ ਤੁਸੀਂ GST ਵਾੜ ਵੂੜ ਕੇ 1,50,000-60,000 ਤੱਕ ਆ ਜਾਂਦੀ ਆ ਹਨਾ ਬਾਕੀ ਚਲੋ ਜੇ ਕੰਸਟਰਕਸ਼ਨ ਦੀ ਜੋ ਵੀ ਅਲੱਗ ਆਈ ਆ ਮੈਂ ਇੰਨੀ ਕੋਈ ਵੱਡੀ ਗੱਲ ਨਹੀਂ ਆ ਬਾਕੀ ਚਲੋ ਚੱਲਦੇ ਹਾਂ ਅੱਗੇ ਚੱਲਦੇ ਹਾਂ ਗੱਲਬਾਤ ਕਰਦੇ ਹਾਂ ਜਾਰੀ ਰੱਖਦੇ ਹਾਂ ਪਹਿਲਾਂ ਤਾਂ ਮੈਂ ਜਿਹੜੀ ਕਮੇਟੀ ਬਣੀ ਆ ਵਕੀਲਾਂ ਦੀ ਜਿਹ 'ਚ ਸਾਡੇ ਵੀਰਿੰਦਰ ਸੰਧੂ ਜੀ ਵੀ ਆ ਮੇਰੇ ਵੀਰ ਮੇਰੇ ਭਰਾ ਆ ਉਹਨਾਂ ਨੇ ਇੱਕ ਐਲਾਨ ਕਰਤਾ ਕਿ ਜਿੰਨੇ ਵੀ ਇੱਥੇ ਕੇਸਿਸ ਆ ਨਾ ਉਹ ਸਾਰੇ ਉਹ ਫਾਈਟ ਕਰਨਗੇ ਅਤੇ ਵੱਡੀ ਗੱਲ ਫਰੀ ਦਾ ਉਹਨਾਂ ਨੇ ਇਹ ਵੀ ਐਲਾਨ ਕਰਤਾ ਕਿ ਜਿਹੜੇ ਇੰਡੀਆ ਆਪਣੇ ਅਮਰੀਕਾ ਕੈਨੇਡਾ 'ਚ ਲੋਕ ਬੈਠੇ ਆ ਤੁਸੀਂ ਪੈਸਾ ਦੇਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਪੈਸਾ ਨਹੀਂ ਕਿਸੇ ਕੋਲ ਲੈਣਾ ਕਿਉਂਕਿ ਅਸੀਂ ਪਹਿਲਾਂ ਹੀ ਕਹਿਤਾ ਕਿ ਅਸੀਂ ਕੰਮ ਇਹ ਫਰੀ ਦਾ ਕਰਨਾ ਸਾਡੀ ਔਰਗਨਾਈਜੇਸ਼ਨ ਫਾਇਰ ਏਵਰ ਹਾਰਟ ਵੱਲੋਂ ਅਸੀਂ ਵੀ ਐਲਾਨ ਕੀਤਾ ਕਿ ਕੋਈ ਵੀ ਬੰਦਾ ਕੋਈ ਵੀ ਜਿਹੜਾ ਜਿਹਨੂੰ 26 ਤਰੀਕ ਨੂੰ ਸੱਟਾਂ ਲੱਗੀਆਂ ਉਹਨੂੰ ਹੋਸਪਿਟਲ ਦੀ ਲੋੜ ਆ ਮੈਡੀਕਲ ਕੇਅਰ ਦੀ ਲੋੜ ਆ ਉਹ ਸਾਡੀ ਔਰਗਨਾਈਜੇਸ਼ਨ ਨੂੰ ਕਵਰ ਕਰੂਗੀ ਸੋ ਇਹ ਦੋਵੇਂ ਵੱਲੋਂ ਸਾਡੀਆਂ ਮੈਡੀਕਲੀ ਅਤੇ ਜਿਹੜਾ ਵਕੀਲਾਂ ਦਾ ਕੰਮ ਆ ਉਹ ਦੋਵਾਂ ਕਵਰਡ ਆ ਦੂਜੀ ਗੱਲ ਰਿਆਨਾ ਉਹਨੂੰ ਅਸੀਂ ਬਹੁਤ ਥੈਂਕ ਕਰਦੇ ਹਾਂ ਵੇਖੋ ਉਹਨੇ ਕੁੜੀ ਨੇ ਹਿੰਮਤ ਕੀਤੀ ਉਹ ਬੋਲੀ ਅਤੇ ਸਾਰੀ ਦੁਨੀਆ ਬੋਲ ਪਈ ਆ ਸੋ ਇਹ ਚੀਜ਼ ਇੱਕ ਗਰਲ ਪਾਵਰ ਇੱਕ ਕੁੜੀ ਦੇ ਵਿੱਚ ਕਿੰਨੀ ਪਾਵਰ ਆ ਜਾਂ ਯੂਨੋ ਕਿ ਕੁੜੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਉਹ ਚੀਜ਼ ਇਹ ਤੋਂ ਪਤਾ ਲੱਗਦੀ ਆ ਬਾਕੀ ਮੇਰੇ ਨਾਲ ਕਿਰਨ ਜੀ ਆ ਅਤੇ ਇਹ ਵੀ ਮੈਨੂੰ ਫੋਨ ਕਰਦੇ ਰਹਿੰਦੇ ਆ ਔਨ ਇਨ ਕੋਂਟੈਕਟ ਰਹਿੰਦੇ ਆ ਸਦਾ ਹੀ ਇਸ ਮੋਰਚੇ ਦਾ ਹਿੱਸਾ ਰਹੇ ਆ ਸਾਨੂੰ ਇਹਨਾਂ ਨੇ ਸਦਾ ਇੰਸਪਾਇਰ ਕੀਤਾ ਭਾਵੇਂ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ ਵੀ ਸਾਡੇ ਕੋਲ ਆਏ ਸੀ ਅੱਜ ਵੀ ਸਾਡੇ ਨਾਲ ਬੈਠੇ ਆ ਕਿਰਨ ਜੀ ਤੁਹਾਨੂੰ ਕੀ ਲੱਗਦਾ ਫੀਮੇਲ ਰੋਲ ਕੀ ਹੋਣਾ ਚਾਹੀਦਾ ਇਸ ਅੰਦੋਲਨ ਦੇ ਵਿੱਚ ਦੇਖੋ ਫੀਮੇਲ ਰੋਲ ਤੇ ਹਰੇਕ ਯੂਨੋ ਲਾਈਨ ਦੇ ਵਿੱਚ ਹੀ ਬੜਾ ਅਹਿਮ ਰਹਿੰਦਾ ਐਂਡ ਇਸ ਅੰਦੋਲਨ ਦੇ ਵਿੱਚ ਜਦੋਂ ਮੈਂ ਇੱਥੇ ਆਉਂਦੀ ਰਹਿੰਦੀ ਹਾਂ ਮੈਂ ਟਿਕਰੀ ਵੀ ਆਉਂਦੀ ਰਹਿੰਦੀ ਹਾਂ ਮੈਂ ਆਪਣਾ ਸਿੰਘੂ ਵੀ ਜਾਂਦੀ ਰਹਿੰਦੀ ਹਾਂ ਆਈ ਸੀ ਕਿੰਨੀਆਂ ਬੀਬੀਆਂ ਆਪਣੀਆਂ ਆਲਰੇਡੀ ਬੈਠੀਆਂ ਹੋਈਆਂ ਸੋ ਫੀਮੇਲ ਆਲਰੇਡੀ ਪਲੇਇੰਗ ਅ ਹਿਊਜ ਰੋਲ ਇਨ ਦਿਸ ਫਾਈਟ ਯੂਨੋ ਇਫ ਵੀ ਸੀ ਬਿਕੋਜ਼ ਜਿਹੜੀਆਂ ਆਪਣੀਆਂ ਬੀਬੀਆਂ ਇੱਥੇ ਬੈਠੀਆਂ ਹੋਈਆਂ ਉਦੋਂ ਇੱਥੇ ਬੈਠੀਆਂ ਜਿਹੜੀਆਂ ਪਿੱਛੇ ਘਰੇ ਬੈਠੀਆਂ ਉਹ ਵੀ ਇਸ ਅੰਦੋਲਨ ਦਾ ਓਨਾ ਹੀ ਹਿੱਸਾ ਹੈਗੀਆਂ ਆਪਣੇ ਸਾਰੇ ਜਿਹੜੇ ਹੈਗੇ ਆ ਆਲ ਆਰ ਮੈਨ ਆ ਹੀਅਰ ਐਟ ਦ ਬਾਰਡਰ ਦੇਅਰ ਸੰਸ ਦੇਅਰ ਹਸਬੈਂਡਸ ਦੇਅਰ ਫਾਦਰਸ ਦੇ ਆਲ ਹੀਅਰ ਤਾਂ ਪਿੱਛੇ ਕੌਣ ਰਹਿ ਗਿਆ ਪਿੱਛੇ ਆਪਣੀਆਂ ਬੀਬੀਆਂ ਹੀ ਰਹਿ ਜਾਂਦੀਆਂ ਅਤੇ ਉਹ ਵੀ ਉੱਥੇ ਜਿਹੜੇ ਯੂਨੋ ਉਹਨਾਂ ਦਾ ਖੇਤਾਂ ਦਾ ਕੰਮ ਸਾਂਭਣਾ ਹੈਗਾ ਉਹਨਾਂ ਦਾ ਘਰ ਦਾ ਕੰਮ ਸਾਂਭਣਾ ਹੈ ਪਿੱਛੇ ਜੋ ਵੀ ਦੇਖਣ ਵਾਲਾ ਹੈ ਉਹ ਬੀਬੀਆਂ ਹੀ ਕਰ ਰਹੀਆਂ ਇੱਥੇ ਕੀ ਸਮਾਨ ਚਾਹੀਦਾ ਇੱਥੇ ਕੀ ਭੇਜਣਾ ਹੈਗਾ ਸੋ ਇਫ ਯੂ ਲੁੱਕ ਐਟ ਇਟ ਫੀਮੇਲ ਆਰ ਇਕੁਅਲੀ ਟੇਕਿੰਗ ਪਾਰਟ ਇਨ ਦਿਸ ਸੋ ਅਪਾਰਟ ਫਰੋਮ ਦੈਟ ਜਿਹੜੀ ਮੇਰੀ ਇੱਕ ਛੋਟੀ ਜਿਹੀ ਅਰਜ ਰਹੂਗੀ ਉਹ ਹੋਊਗੀ ਅਰਬਨ ਕਰਾਊਡ ਨੂੰ ਅਰਬਨ ਕਰਾਊਡ ਦੇ ਵਿੱਚ ਜਿਹੜਾ ਆਪਣਾ ਫੀਮੇਲਸ ਹੈ ਉਹ ਬਹੁਤ ਇੱਕ ਇੰਪੋਰਟੈਂਟ ਰੋਲ ਪਲੇ ਕਰ ਸਕਦੇ ਹੈ ਆਲਸੋ ਜਿਹੜਾ ਆਪਣਾ ਯੰਗ ਕਰਾਊਡ ਹੈ ਪੰਜਾਬ ਦਾ ਉਹ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦੇ ਆ ਬਿਕੋਜ਼ ਈਵਨ ਇਫ ਯੂ ਕਾਂਟ ਕਮ ਹੇਅਰ ਯੂ ਹੈਵ ਦ ਪਾਵਰ ਆਫ ਸੋਸ਼ਲ ਮੀਡੀਆ ਟੂਡੇ ਅੱਜ ਆਪਾਂ ਇੱਥੇ ਜੋ ਆਪਾਂ ਦੇਖੀਏ ਕਿ ਆਪਣਾ ਜਿਹੜਾ ਮੀਡੀਆ ਨੇ ਆਪਾਂ ਨੂੰ ਇੰਨਾ ਜ਼ਿਆਦਾ ਮਿਸਲੀਡ ਕੀਤਾ ਹੈ ਅਤੇ ਜਿਹੜੀ ਆਪਾਂ ਨੂੰ ਰਾਈਟ ਇਨਫੋਰਮੇਸ਼ਨ ਮਿਲ ਰਹੀ ਹੈ ਜਾਂ ਜਿਹੜੀ ਆਪਣੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚ ਰਹੀ ਹੈ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚ ਰਹੀ ਹੈ ਸੋ ਦੇ ਸ਼ੁੱਡ ਟੇਕ ਸਪੋਰਟ ਆਫ ਸੋਸ਼ਲ ਮੀਡੀਆ ਐਂਡ ਦੇ ਸ਼ੁੱਡ ਰੇਜ਼ ਦੇਅਰ ਵੋਇਸ ਥਰੂ ਸੋਸ਼ਲ ਮੀਡੀਆ ਰਿਹਾਨਾ ਮੇਡ 1 ਟਵੀਟ ਐਂਡ ਦ ਇੰਟਾਇਰ ਵਰਲਡ ਇਜ਼ ਟਾਕਿੰਗ ਅਬਾਊਟ ਇਟ ਟੂਡੇ ਸੋ ਯੂ ਨੋ ਸੋਸ਼ਲ ਮੀਡੀਆ ਹੈਜ਼ ਦੈਟ ਕਾਇੰਡ ਆਫ ਪਾਵਰ ਯੂ ਕੈਨ ਰੀਅਲੀ ਸਪਰੈਡ ਥਰੂ ਵਰਡ ਥਰੂ ਸੋਸ਼ਲ ਮੀਡੀਆ ਥੈਂਕ ਯੂ ਜੀ ਸੋ ਬਾਕੀ ਤੁਸੀਂ ਵੇਖ ਹੀ ਲਿਆ ਹੋਊਗਾ ਜਿਹੜੇ ਇੰਡੀਆ ਦੇ ਸੈਲੈਬ੍ਰਿਟੀਜ਼ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਹਾਂ ਨਾ ਆਪਾਂ ਕਹਿੰਦੇ ਹਾਂ ਬਾਈ ਸਚਿਨ ਮੈਨੂੰ ਯਾਦ ਆ ਛੋਟੇ ਹੁੰਦੇ ਰਾਤ ਜਾਗਦੇ ਰਹਿਣਾ ਸਚਿਨ ਦੇ ਮੈਚ ਵੇਖਣਾ ਕਿ ਬੈਟਿੰਗ ਪ੍ਰੇ ਕਰਦੇ ਰਹਿਣਾ ਕਈ ਵਾਰੀ ਲੱਤਾਂ ਇੱਕ ਐਂ ਕਰਕੇ ਹੀ ਸੁੱਤੇ ਰਹਿਣਾ ਕਿ ਬਾਈ ਜਦੋਂ ਮੈਂ ਇੱਦਾਂ ਸੁੱਤਾ ਤਾਂ ਉਹਦੇ ਫਿਰ ਸੈਂਚਰੀ ਵੱਜੂਗੀ ਮਤਲਬ ਅੰਧ ਵਿਸ਼ਵਾਸ ਕਹਿ ਲਓ
ਚੱਲਦਾ ਹੁੰਦਾ ਪਰ ਇੰਨਾ ਇੰਨਾ ਪਿਆਰ ਕਰਦੇ ਤੁਸੀਂ ਕਿਸੇ ਨੂੰ ਹਨਾ ਭਾਵੇਂ ਉਹ ਆਪਣਾ ਅਜੇ ਦੇਵਗਨ ਨੇ ਆ ਭਗਤ ਸਿੰਘ ਦੇ ਉੱਤੇ ਮੂਵੀ ਬਣਾਈ ਅਤੇ ਉਹ ਆਪਣਾ ਸਨੀ ਦਿਓਲ ਉਹਨਾਂ ਦਾ ਤਾਂ ਪਹਿਲਾਂ ਹੀ ਪਤਾ ਸੀ ਆਪਾਂ ਨੂੰ ਸੁਨੀਲ ਸ਼ੈਟੀ ਪਤਾ ਕੀ ਕਹਿਣ ਦਾ ਭਾਉ ਕਿ ਆਪਾਂ ਵੇਖੋ ਕਿਹਨਾਂ ਨੂੰ ਆਪਣੇ ਹੀਰੋ ਬਣਾਈ ਰੱਖਿਆ ਅਤੇ ਉਹਨਾਂ ਨੇ ਅੱਜ ਸਾਡੇ ਨਾਲ ਕੀ ਕੀਤਾ ਮਤਲਬ ਕਿ ਹੀਰੋ ਆਪਣੇ ਮਾਂ ਪਿਓ ਨੂੰ ਬਣਾਓ ਜੇ ਮਾਂ ਪਿਓ ਨੂੰ ਹੀਰੋ ਨਹੀਂ ਬਣਾਉਣਾ ਬਾਬੇ ਨੂੰ ਬਣਾਓ ਉਹਨਾਂ ਨੂੰ ਬਣਾਓ ਚੱਲ ਕਿਸੇ ਹੋਰ ਨੂੰ ਬਣਾਉਣਾ ਅਤੇ ਉਹਦੇ ਪਹਿਲਾਂ ਵੇਖੋ ਸਹੀ ਤੁਸੀਂ ਹੀਰੋ ਕਿਹਨੂੰ ਬਣਾਉਂਦੇ ਹੋ ਠੀਕ ਆ ਭਗਤ ਸਿੰਘ ਹੋਇਆ ਊਧਮ ਸਿੰਘ ਹੋਇਆ ਜਿ ਆਪਣੇ ਗੁਰੂਆਂ ਨੂੰ ਆਪਣਾ ਹੀਰੋ ਬਣਾਓ ਗੁਰੂ ਸਾਹਿਬ ਨੇ ਕਿੰਨਾ ਕੁਝ ਆਪਾਂ ਨੂੰ ਦਿੱਤਾ ਸੋ ਇਹ ਆਪਣੀ ਆਵਾਮ ਨੂੰ ਵੇਖਣਾ ਪਊਗਾ ਅਸੀਂ ਆਪਣੇ ਹੀਰੋ ਕਿਹਨੂੰ ਬਣਾ ਲੈਂਦੇ ਹਾਂ ਅਤੇ ਕਿਉਂਕਿ ਕੋਈ ਗੱਲਾਂ ਕੋਈ ਚੱਜਦੀਆਂ ਚਾਰ ਕਰਜੇ ਦਾ ਮਤਲਬ ਇਹ ਨਹੀਂ ਕਿ ਉਹਨੂੰ ਆਪਣਾ ਹੀਰੋ ਬਣਾ ਲਓ ਬਾਕੀ ਇੱਕ ਜਿਹੜੀ ਵੱਡੀ ਜਿਹੜੀ ਬੇਨਤੀ ਆ ਅਸੀਂ ਪਹਿਲਾਂ ਵੀ ਇਹ ਕਿਹਾ ਸੀ ਕਿ ਸਾਨੂੰ ਕਿੰਨੇ ਮਾਰਿਆ ਹੈ ਨਾ ਡਾਕਟਰਾਂ ਨੂੰ ਕਿੰਨੇ ਮਾਰਿਆ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਅਤੇ ਜਿਹੜਾ ਸਾਡਾ ਮੁੰਡਾ ਮਰਿਆ ਜਿਹਨੂੰ ਗੋਲੀ ਵੱਜੀ ਆ ਉਹਦੇ ਬਾਰੇ ਅੱਜ ਕੋਈ ਗੱਲ ਨਹੀਂ ਗੱਲਬਾਤ ਨਹੀਂ ਕਰ ਰਿਹਾ ਉਹਦੇ ਬਾਰੇ ਕੌਣ ਗੱਲਬਾਤ ਕਰੂਗਾ ਹੈ ਨਾ ਉਹਦੀ ਕੌਣ ਇਨਵੈਸਟੀਗੇਸ਼ਨ ਕਰੂਗਾ ਬਾਕੀ ਜਿੱਦਾਂ ਭੈਣ ਨੇ ਕਿਹਾ ਕਿ ਹਰ ਇੱਕ ਬੰਦਾ ਆਪਣੇ ਆਪ ਵਿੱਚ ਇੱਕ ਸੋਸ਼ਲ ਮੀਡੀਆ ਵਾ ਇੱਕ ਇੱਕ ਆਈ ਟੀ ਸੈੱਲ ਆ ਜੇ ਕੋਈ ਕਹਿ ਲਓ ਕਿ ਕੋਈ ਪਾਰਟੀ ਆ ਜਿਹਦਾ ਕੋਈ ਆਈ ਟੀ ਸੈੱਲ ਆ ਉਹਦੇ ਵਿੱਚ 10,000 ਬੰਦਾ ਹੋ ਸਕਦਾ 20,000 ਹੋ ਸਕਦਾ ਅਤੇ ਜੇ ਹਰ ਇੱਕ ਪੰਜਾਬੀ ਹਰ ਇੱਕ ਕਿਸਾਨ ਆਪਣੇ ਆਪ ਵਿੱਚ ਇੱਕ ਸੋਸ਼ਲ ਮੀਡੀਆ ਸੈੱਲ ਬਣ ਜੇ ਆਪਾਂ ਸਾਰੇ ਪੋਸਟ ਕਰੀਏ ਵੀਡੀਓ ਹਰ ਇੱਕ ਨੂੰ 2 ਜਣੇ ਵੇਖਣ 4 ਜਣੇ ਵੇਖਣ ਵੇਖੋ ਕਿੰਨੇ ਜਣੇ ਆਪਾਂ ਰੀਚ ਕਰ ਸਕਦੇ ਸੋ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਆਪਣੇ ਸੋਸ਼ਲ ਮੀਡੀਆ 'ਤੇ ਜ਼ਰੂਰ ਜਾਇਆ ਕਰੋ ਉੱਤੇ ਕਿਉਂਕਿ ਸਾਡੀ ਆਵਾਜ਼ ਕਿਸੇ ਮੀਡੀਆ ਚੈਨਲ ਨੇ ਨਹੀਂ ਚੁੱਕੀ ਇੰਡੀਆ 'ਚ ਜੇ ਲੋਕਾਂ ਤੱਕ ਪਹੁੰਚੀ ਉਹ ਸੋਸ਼ਲ ਮੀਡੀਆ 'ਤੇ ਸਾਨੂੰ ਕੁੱਟ ਪਈ ਇੱਕ ਵੀ ਇੰਡੀਅਨ ਚੈਨਲ ਨਹੀਂ ਜਿਹਨੇ ਉਹ ਚੀਜ਼ ਵਿਖਾਈ ਆ ਜਸ ਟੀਵੀ ਨੇ ਵਿਖਾਈ ਆ ਉਹਨੇ ਚੁੱਕੀ ਵੀ ਆ ਉਹਨਾਂ ਦਾ ਅਸੀਂ ਬਹੁਤ ਥੈਂਕਫੁਲ ਥੈਂਕਫੁਲ ਹਾਂ ਉਹਨਾਂ ਲਈ ਕਿਉਂਕਿ ਜਦੋਂ ਉਹ ਫਰੰਟ ਲਾਈਨ 'ਤੇ ਅਸੀਂ ਲੜ ਰਹੇ ਹਾਂ ਜਸ ਟੀਵੀ ਦੀ ਟੀਮ ਉੱਥੇ ਨਾਲ ਹੀ ਸਾਡੇ ਉੱਤੇ ਉੱਧਰ ਲੜਨ ਦੀ ਸੀ ਸਾਨੂੰ ਗਾਈਡ ਕਰ ਰਹੀ ਸੀ ਕਿ ਇੱਧਰ ਚੱਲ ਜਾਓ ਡਾਕਟਰ ਸਾਹਿਬ ਜਾਂ ਉੱਧਰ ਚੱਲ ਜਾਓ ਜਿੱਧਰ ਕੋਈ ਕੋਈ ਚੀਜ਼ ਹੁੰਦੀ ਸੀ ਸੋ ਅਸੀਂ ਇਹਨਾਂ ਦੇ ਬਹੁਤ ਥੈਂਕਫੁਲ ਹਾਂ ਅਤੇ ਹਰ ਇੱਕ ਇਸ ਵੇਲੇ ਅਮੈਰੀਕਨ ਨੂੰ ਮੈਂ ਇਹੋ ਹੀ ਕਹੂੰਗਾ ਬਈ ਇੱਕ ਵਾਰੀ ਜਸ ਟੀਵੀ ਵਾਲਿਆਂ ਨੂੰ ਜ਼ਰੂਰ ਥੈਂਕ ਯੂ ਕਰ ਦਿਓ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਤੁਹਾਨੂੰ 26 ਜਨਵਰੀ ਦੇ ਜਿਹੜੀ ਆ ਫੁਟੇਜ ਵਿਖਾਉਣ ਨੂੰ ਬਾਕੀ ਲੋਕਾਂ ਦਾ ਧਿਆਨ ਸਾਡੇ ਵੱਲ ਰਹਿੰਦਾ ਮੈਨੂੰ ਪਤਾ ਉਹਨਾਂ ਨੂੰ ਇਹੋ ਦੱਸਦਾ ਅਸੀਂ ਬਹੁਤ ਚੜ੍ਹਦੀ ਕਲਾ 'ਚ ਹਰਿਆਣੇ ਵਾਲੇ ਅੱਜ ਸਾਡੇ ਨਾਲ ਆਏ ਸੀ ਬਹੁਤ ਜ਼ਿਆਦਾ ਚੜ੍ਹਦੀ ਕਲਾ 'ਚ ਆ ਉਹ ਮੈਨੂੰ ਪਤਾ ਤੁਹਾਨੂੰ ਮੇਖਾ ਵਿਖਾਉਂਦੇ ਆ ਟੀ ਵੀ 'ਤੇ ਹੈ ਨਾ ਜਿਹੜੀਆਂ ਇਹਨਾਂ ਨੇ ਬਾਰਡਰ 'ਤੇ ਕੱਢੀਆਂ ਕੋਈ ਗੱਲ ਨਹੀਂ ਵਰੀ ਨਾ ਕਰੋ ਸਭ ਠੀਕ ਆ ਚੜ੍ਹਦੀ ਕਲਾ ਵਾ ਲੋਕ ਇੱਥੇ ਚੜ੍ਹਦੀ ਕਲਾ 'ਚ ਜਿਹੜੀਆਂ ਸਾਡੀਆਂ ਮੰਗਾਂ ਵਾ ਉਹ ਵਾਹਿਗੁਰੂ ਆਪੇ ਪੂਰੀਆਂ ਕਰੀ ਜਾਂਦੇ ਆ ਸੋ ਸਾਨੂੰ ਕੋਈ ਇਹ ਚੀਜ਼ ਦੀ ਲੋੜ ਨਹੀਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਦਾ ਮਾਹੌਲ ਆ ਤੁਸੀਂ ਵੀ ਸਾਰੇ ਚੜ੍ਹਦੀ ਕਲਾ 'ਚ ਰਹੋ ਡੋਂਟ ਵਰੀ ਇਹ ਸਭ ਕੁਝ ਜੋ ਆ ਇੱਦਾਂ ਹੀ ਚੱਲੀ ਜਾਣਾ ਤੁਸੀਂ ਸਾਡੇ ਨਾਲ ਰਹੋ ਇਹ ਜਿਹੜੇ ਅੰਦੋਲਨ ਦਾ ਹਿੱਸਾ ਬਣ ਕੇ ਰਹੋ ਦੂਰੋਂ ਪਿਆਰ ਆਪਣਾ ਜਿਹੜਾ ਤੁਸੀਂ ਭੇਜਦੇ ਜੋ ਆਪਣੀਆਂ ਅਰਦਾਸਾਂ ਕਰਦੇ ਜੋ ਉਹ ਅਰਦਾਸਾਂ ਕਰੀ ਜਾਓ ਅਤੇ ਬਾਕੀ ਚਲੋ ਮਿਲਦੇ ਆ ਅਗਲੇ ਹਫ਼ਤੇ ਨਵੀਂ ਐਪੀਸੋਡ ਨਾਲ ਹੋਪਫੁਲੀ ਆ ਜਿਹੜਾ ਮੌਸਮ ਆ ਜਿਹੜਾ ਮਾਹੌਲ ਆ ਜਿਹੜੇ ਸਾਡਾ ਜੋ ਅਸੀਂ ਫੇਸ ਕਰ ਰਹੇ ਹਾਂ ਉਹ ਹੋਰ ਚੜ੍ਹਦੀ ਕਲਾ 'ਚ ਹੋ ਜੂਗਾ ਬਾਕੀ ਮਿਲਦੇ ਹਾਂ ਨੈਕਸਟ ਵੀਕ ਥੈਂਕ ਯੂ ਜੀ